ਹਰਸਿਮਰਤ ਬਾਦਲ ਨੇ ਸੰਸਦ ਦੇ ਵਿੱਚ ਪੰਜਾਬ ਦੇ ਸ਼ੈਲਰ ਉਦਯੋਗ ਦਾ ਮੁੱਦਾ ਚੁੱਕਿਆ। ਉਹਨਾਂ ਇਸ ਮੁੱਦੇ 'ਤੇ ਕੇਂਦਰ ਅਤੇ ਸੂਬਾ ਸਰਕਾਰ ਦੋਵਾਂ ਨੂੰ ਕੋਸਿਆ, ਇਲਜ਼ਾਮ ਲਾਇਆ ਕਿ ਸਰਕਾਰਾਂ ਦੀ ਅਣਗਹਿਲੀ ਦੇ ਕਰਕੇ ਪੰਜਾਬ ਦਾ ਸ਼ੈਲਰ ਉਦਯੋਗ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਹਨੇ ਇਸ ਮੁੱਦੇ ਦਾ ਤੁਰੰਤ ਹੱਲ ਮੰਗਿਆ। ਸ਼ੁਕਰੀਆ ਸਰ। ਸਰ, ਮੈਂ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਚੱਕਣਾ ਚਾਹੁੰਦੀ ਹਾਂ ਪੰਜਾਬ ਦੇ ਸ਼ੈਲਰ ਮਿਲਰਸ ਅਤੇ ਕਿਸਾਨਾਂ ਬਾਰੇ। ਜਿੱਥੇ ਨਵਾਂ ਪੈਡੀ ਸੀਜ਼ਨ 2-3 ਮਹੀਨਿਆਂ 'ਚ ਸ਼ੁਰੂ ਹੋ ਜੂਗਾ ਅਤੇ ਨਵਾਂ ਝੋਨਾ ਗੋਡਾਊਨਾਂ 'ਚ ਪਹੁੰਚ ਜੂਗਾ, ਲੇਕਿਨ 2023-24 ਦੀ ਜਿਹੜੀ ਪੈਡੀ ਸੀਗੀ ਉਹ ਅਜੇ ਵੀ ਗੋਡਾਊਨ ਤਾਂ ਹੀ ਨਹੀਂ ਪਹੁੰਚ ਸਕੀ ਹੈ, ਕਿਉਂਕਿ FCI ਨੇ ਗੋਡਾਊਨ ਖਾਲੀ ਨਹੀਂ ਕਰਾਏ ਨੇ, ਕਿਉਂਕਿ ਸੈਂਟਰਲ ਗਵਰਨਮੈਂਟ ਨੇ ਰੇਕਸ ਭੇਜ ਕੇ ਉਹ FCI ਦੇ ਗੋਡਾਊਨ ਖਾਲੀ ਨਹੀਂ ਕਰਾਏ, ਜਿਹਦੇ ਕਰਕੇ ਰਾਈਸ ਮਿੱਲਾਂ ਨੂੰ ਜਿਹੜੇ ਤਕਰੀਬਨ 5-6 ਹਜ਼ਾਰ ਪੰਜਾਬ 'ਚ ਹੈਗੇ, ਪੰਜਾਬ ਦੀ ਕਿਸਾਨੀ ਦੀ ਅਤੇ ਇੰਡਸਟਰੀ ਦੀ ਬੈਕਬੋਨ ਨੇ, ਇਹ ਬਹੁਤ ਵੱਡੇ ਸੰਕਟ ਵਿੱਚ ਨੇ ਅਤੇ ਬਹੁਤ ਵੱਡਾ ਇਹਨਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ, ਕਈ ਤਾਂ ਬੈਂਕਰਪਟ ਹੋ ਕੇ ਬੰਦ ਵੀ ਹੋ ਜਾਣਗੇ। ਸਰਕਾਰ ਕੀ ਅਣਗਹਿਲੀਆਂ ਕਰਕੇ ਕਿਸਾਨ ਔਰ ਰਾਈਸ ਮਿਲਰਸ ਕਾ ਨੁਕਸਾਨ ਹੋ ਰਿਹਾ ਹੈ। ਸਰ, ਜੋ ਪਾਲਿਸੀ ਸਰਕਾਰ ਕੋ ਬਣਾ ਕੇ ਮਿਲਿੰਗ ਨਵੰਬਰ ਮੇ ਸ਼ੁਰੂ ਹੋਣੀ ਚਾਹੀਏ ਥੀ, ਇਨਕੀ ਅਣਗਹਿਲੀਆਂ ਕਰਕੇ ਸਰਕਾਰ ਕੀ ਉਹ ਮਿਡ ਜਨਵਰੀ ਮੇ ਹੋਈ ਹੈ, ਜਿਸ ਕਰਕੇ ਮਾਰਚ ਤੱਕ ਪੂਰੀ ਮਿਲਿੰਗ ਕੰਪਲੀਟ ਨਹੀਂ ਹੋ ਸਕੀ, ਔਰ ਅਬ ਜੋ ਲਾਸਟ ਡੇਟ 31 ਜੁਲਾਈ ਕਾ ਹੈ। ਮੈਂ ਸਰਕਾਰ ਕੋ ਬੇਨਤੀ ਕਰਤੀ ਹੂੰ, ਕਿਉਂਕਿ ਪਿਛਲਾ ਸਟਾਕ ਅਜੇ ਕਲੀਅਰ ਨਹੀਂ ਹੋਇਆ, FCI ਦੇ ਕੋਲ ਗੋਡਾਊਨ 'ਚ ਜਗ੍ਹਾ ਨਹੀਂ ਹੈਗੀ, ਜਿਹਦੇ ਕਰਕੇ ਕਿਸਾਨ ਜਿਹੜੇ ਸ਼ੈਲਰ ਵਾਲੇ ਹੈਗੇ ਉਹਨਾਂ ਨੂੰ ਦੂਰ ਦੁਰਾਬੇ ਗੋਡਾਊਨ 'ਚ ਲਿਜਾਣਾ ਚਾਹੁੰਦਾ ਹੈ। ਅਤੇ ਇਹ ਜਿਹੜੀ ਨਵੀਂ ਵਰਾਇਟੀ ਹੈਗੀ 67 kg ਪਰ ਕੁਇੰਟਲ ਉਹਨਾਂ ਨੂੰ ਪੈਡੀ ਦੇਣੀ ਹੁੰਦੀ ਹੈ, ਲੇਕਿਨ ਨਵੀਂ ਵਰਾਇਟੀ ਸਿਰਫ 62 ਜਾਂ 64 kg ਦਿੰਦੀ ਹੈ, ਅਤੇ ਬਾਕੀ ਰਾਈਸ ਮਿਲਰ ਨੂੰ ਆਪਣੇ ਜੇਬ ਤੋਂ ਭਰਨਾ ਪੈਂਦਾ, ਜਿਹਦੇ ਨਾਲ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਸੋ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਇਹ ਸਰਕਾਰਾਂ ਦੀ ਅਣਗਹਿਲੀਆਂ ਕਰਕੇ ਕੇਂਦਰ ਨੇ ਰੇਕਸ ਨਹੀਂ ਭੇਜੇ, FCI ਦੇ ਗੋਡਾਊਨ ਖਾਲੀ ਨਹੀਂ ਹੋਏ ਨੇ, ਰਾਈਸ ਮਿਲਰ ਕਿਉਂਕਿ ਪੰਜਾਬ ਸਰਕਾਰ ਨੇ ਆਪਣਾ ਕੰਮ ਨਹੀਂ ਕੀਤਾ, ਸੋ ਰਾਈਸ ਮਿਲਰਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਸਰ, ਆੜ੍ਹਤੀਆਂ ਦੀ ਕਮਿਸ਼ਨ ਜਿਹੜੀ 2.5% ਬਾਦਲ ਸਾਹਿਬ ਨੇ ਦਿੱਤੀ ਸੀ, ਇਹਨਾਂ ਨੂੰ ਕੱਟ ਦਿੱਤਾ ਹੈਗਾ, ਆੜ੍ਹਤੀਆਂ ਦੀ ਨੁਕਸਾਨ ਤੇ ਸਭ ਤੋਂ ਵੱਧ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ।